ਜਲਾਲਾਬਾਦ ਥਾਣਾ ਸਿਟੀ ਦੀ ਹਦੂਦ ਅੰਦਰ ਪੈਂਦਾ ਪਿੰਡ ਟਿਵਾਣਾ ਕਲਾ ਪਿਛਲੇ ਕਾਫੀ ਸਮੇਂ ਤੋਂ ਨਸ਼ੇ ਦੀ ਤਸਕਰੀ ਕਰਨ ਦੇ ਨਾਂ ਤੇ ਕਾਫੀ ਬਦਨਾਮ ਹੈ। ਇਸ ਪਿੰਡ ਵਿੱਚ ਅਕਸਰ ਨਸ਼ੇੜੀ ਨਸ਼ਾ ਕਰਕੇ ਰਾਹਾਂ ਵਿੱਚ ਡਿੱਗੇ ਨਜ਼ਰ ਆਉਂਦੇ ਨੇ। ਇਸ ਪਿੰਡ ਦਾ ਨਾਂ ਹੁਣ ਕਾਫੀ ਬਦਨਾਮ ਹੋ ਚੁੱਕਾ ਹੈ, ਇਸ ਲਈ ਕੋਈ ਵੀ ਵਿਅਕਤੀ ਇਸ ਪਿੰਡ ਨਾਲ ਆਪਣਾ ਰਿਸ਼ਤਾ ਨਹੀਂ ਰੱਖਣਾ ਚਾਹੁੰਦਾ। ਤਾਜੇ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਲ੍ਹਾ ਫਾਜ਼ਿਲਕਾ ਦੇ SSP ਸਰਦਾਰ ਭੁਪਿੰਦਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ DSP ਜਲਾਲਾਬਾਦ ਜਸਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਪਿੰਡ ਟਿਵਾਣਾ ਕਲਾਂ ਵਿੱਚ ਦਿਨ ਰਾਤ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਇੱਕ ਆਰਜ਼ੀ ਚੌਕੀ ਦਾ ਇੰਤਜ਼ਾਮ ਕੀਤਾ ਗਿਆ, ਜਿੱਥੇ ਕਿ ਪੁਲਿਸ ਫੋਰਸ ਵੀ ਤੈਨਾਤ ਕੀਤੀ ਗਈ ਹੈ ਤਾਂ ਜੋ ਕਿ ਪਿੰਡ ਵਿੱਚ ਆਉਣ ਵਾਲੇ ਸ਼ੱਕੀ ਵਿਅਕਤੀਆਂ ਤੇ ਨਜ਼ਰ ਰੱਖੀ ਜਾ ਸਕੇ। ਇਸ ਆਰਜ਼ੀ ਚੌਕੀ ਦਾ ਜਾਇਜ਼ਾ ਲੈਣ ਲਈ DSP ਜਲਾਲਾਬਾਦ ਜਸਪਾਲ ਸਿੰਘ ਢਿੱਲੋਂ, SHO ਲੇਖ ਰਾਜ ਬੱਟੀ ਪੁਲਿਸ ਫੋਰਸ ਨਾਲ ਪਿੰਡ ਟਿਵਾਣਾ ਕਲਾਂ ਪਹੁੰਚੇ, ਜਿੱਥੇ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਇਸ ਚੌਕੀ ਦੇ ਨਾਲ ਨਸ਼ਾ ਤਸਕਰਾਂ ਤੇ ਠੱਲ ਪਾਈ ਜਾ ਸਕੇਗੀ। ਮੈਂ ਪੁਲਿਸ ਪ੍ਰਸ਼ਾਸਨ ਦਾ ਬਹੁਤ ਤਹਿ ਦਿਲੋਂ ਧੰਨਵਾਦੀ ਹਾਂ, ਜਿਨ੍ਹਾਂ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਨਸ਼ੇ ਦੇ ਵਿਰੁੱਧ। ਜਿਹੜਾ ਬੜੇ ਪਿਛਲੇ ਲੰਬੇ ਸਮੇਂ ਤੋਂ ਸਾਡੇ ਪਿੰਡ ਟਿਵਾਣਾ ਦੇ ਵਿੱਚ ਜਿਹੜਾ ਨਸ਼ਾ ਉਹ ਸ਼ਰੇਆਮ ਵਿਕ ਰਿਹਾ, ਔਰ ਅੱਜ ਖੁਸ਼ੀ ਇਸ ਚੀਜ਼ ਦੀ ਹੈ ਕਿ ਪੂਰੀ ਪੰਚਾਇਤ ਜਾਂ ਜੋ ਸਾਡੇ ਇੱਥੇ ਨੌਜਵਾਨ ਸਭਾ ਸਾਰੇ ਪਿੰਡ ਦਾ ਵੀ ਸਾਥ ਆ, ਔਰ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਲੋਕ ਨਸ਼ਾ ਵੇਚਦੇ ਆ ਉਹ ਤੇ ਠੱਲ ਪਾਈ ਜਾਵੇ, ਉਹ ਜਿਹੜੇ ਨਸ਼ਾ ਵੇਚਣ ਵਾਲੇ ਆ ਉਹਨਾਂ 'ਤੇ ਕਾਰਵਾਈ ਕੀਤੀ ਜਾਵੇ, ਔਰ ਅਸੀਂ ਪੂਰੀ ਪੰਚਾਇਤ ਜਿਹੜੀ ਆ ਉਹ ਅਸੀਂ ਨਾਲ ਖੜੇ ਹਾਂ, ਸਾਰੇ ਪਿੰਡ ਦੇ ਅਸੀਂ ਵੀ ਚਾਹੁੰਦੇ ਹਾਂ ਕਿ ਉਹਦੇ ਵਿੱਚ ਸਾਰਿਆਂ ਦੀ ਭਲਾਈ ਆ ਜੀ, ਔਰ ਨਸ਼ਾ ਬੰਦ ਹੋਵੇ। ਪਿੰਡ ਦੇ ਲੋਕਾਂ ਦਾ ਆਰੋਪ ਸੀ ਕਿ ਪੰਚਾਇਤ ਪਹਿਲਾਂ ਦਖਲਅੰਦਾਜ਼ੀ ਨਸ਼ੇ ਨੂੰ ਰੋਕਣ ਪ੍ਰਤੀ ਨਹੀਂ ਦਿੰਦੀ ਸੀ। ਨਹੀਂ ਜੀ, ਦੇਖੋ ਇੱਦਾਂ ਦੀ ਕੋਈ ਗੱਲ ਨਹੀਂ, ਪਰ ਹਰੇਕ ਕੰਮ ਜਿਹੜਾ ਟਾਈਮ 'ਤੇ ਹੁੰਦਾ ਜੀ। ਹੁਣ ਜਦੋਂ ਮੁੱਦਾ ਚੁੱਕਿਆ ਗਿਆ, ਪੰਜਾਬ ਪੁਲਿਸ ਸਾਡੇ ਨਾਲ ਆ, ਪੂਰੇ ਇੱਥੇ ਮੁਲਾਜ਼ਮ ਪਹੁੰਚੇ ਹੋਏ, ਅਸੀਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦੀ ਹਾਂ, ਔਰ ਸਾਨੂੰ ਪੂਰਾ ਵਿਸ਼ਵਾਸ ਹੁਣ ਇਸ ਨਸ਼ੇ 'ਤੇ ਠੱਲ ਪੈ ਜੂਗੀ ਜੀ। ਕਿਹੜੇ ਪਿੰਡ ਤੋਂ? ਟਿਵਾਣਾ ਕਲਾਂ ਜੀ। ਅੱਛਾ ਜੀ, ਜਿਹੜੀ ਅੱਜ ਤੁਹਾਡੇ ਪਿੰਡ ਵਿੱਚ ਫੋਰਸ ਇੱਕ ਚੌਂਕੀ ਸਥਾਪਿਤ ਕੀਤੀ ਗਈ ਹੈ ਪੁਲਿਸ ਵੱਲੋਂ, ਇਹ ਕਿਸ ਸੰਬੰਧ ਵਿੱਚ ਕੀਤੀ ਗਈ ਹੈ ਜੀ? ਇਹ ਸਾਡੇ ਪਿੰਡ ਨਸ਼ਾ ਤਾਂ ਬਹੁਤ ਵੱਡਾ ਮੁੱਦਾ ਬਣਾਇਆ ਸੀ, ਗੰਦ ਬਹੁਤ ਪਾਇਆ ਸੀ ਲੋਕਾਂ ਨੇ ਜੀ। ਉਸ ਮਸਲੇ 'ਚ ਡਿਪਟੀ ਸਾਹਿਬ ਅੱਗੇ ਅਪੀਲ ਕੀਤੀ ਹੈ, ਉਹਨਾਂ ਇਸ ਚੌਕੀ ਤਰ੍ਹਾਂ ਚੌਕੀ ਬਣਾਈ ਹੈ। ਤੁਹਾਨੂੰ ਇਹ ਜਿਹੜੀ ਚੌਂਕੀ ਬਣਨ ਨਾਲ ਸੰਤੁਸ਼ਟੀ ਹੋਈ ਹੈ ਤੁਹਾਨੂੰ ਪਿੰਡ ਵਾਸੀਆਂ ਨੂੰ? ਹਾਂਜੀ ਹਾਂਜੀ, ਪੂਰੀ ਉਮੀਦ ਹੈ ਜੀ, ਹੁਣ ਜੇ ਪੈਂ ਪਿੱਛੇ ਤਾਂ ਬੰਦ ਕਰਾ ਕੇ ਹਟਾਂਗੇ। ਜੇਕਰ ਕੋਈ ਫਿਰ ਵੀ ਵੇਚਦਾ ਜੋ ਉਲੰਘਣਾ ਕਰਦਾ ਤਾਂ ਉਹਦੇ ਖਿਲਾਫ਼ ਕੋਈ ਪੰਚਾਇਤ ਐਕਸ਼ਨ ਲਊਗੀ? ਪਰਚਾ ਉੱਪਰ ਖੜੋ ਕਰਵਾਵਾਂਗੇ ਜੀ, ਨਾਲ ਅਸੀਂ ਸਾਰਾ ਪੂਰਾ ਸਹਿਯੋਗ ਦੇਵਾਂਗੇ ਮੁਲਾਜ਼ਮਾਂ ਨੂੰ ਜੀ। ਜਿਹੜੀ ਆਪਣਾ ਨਸ਼ੇ ਦੀ ਜਵਾਨੀ ਬਰਬਾਦ ਹੋ ਰਹੀ ਆ, ਉਹਦੇ ਸੰਬੰਧ 'ਚ ਮਾਣਯੋਗ SSP ਵੱਲੋਂ ਸਾਨੂੰ ਜਿਹੜੀਆਂ ਹਦਾਇਤਾਂ ਆ, ਅਤੇ ਸਾਨੂੰ ਇਸ ਪਿੰਡ ਦੀਆਂ ਜਿਹੜੀਆਂ ਸ਼ਿਕਾਇਤਾਂ ਮਿਲਦੀਆਂ ਵੀ ਇੱਥੇ ਨਸ਼ਾ ਵਿਕਦਾ ਹੈ, ਅਸੀਂ ਉਹਨੂੰ ਮੰਦੇ ਦੇ ਰੱਖਦੇ ਹਾਂ। ਇੱਥੇ ਆਪਣਾ ਫੋਰਸ ਨਾਲ ਸਰਚ ਵੀ ਅੱਜ ਕਰਵਾਈ ਆ ਪਿੰਡ ਦੀ, ਅਤੇ ਇੱਥੇ ਅਸੀਂ ਆਪਣਾ ਪਬਲਿਕ ਨੂੰ ਮੀਟਿੰਗ ਵੀ ਕੀਤੀ ਇਹਨਾਂ ਨਾਲ, ਪੰਚਾਇਤ ਨਾਲ ਵੀ ਅਤੇ ਹੋਰ ਪਬਲਿਕ ਦੇ ਜਿੰਨੇ ਵੀ ਆਦਮੀ ਉਹਨਾਂ ਨਾਲ ਮੀਟਿੰਗ ਕੀਤੀ ਆ ਵੀ ਸਾਨੂੰ ਸਹਿਯੋਗ ਦਿਓ ਅਤੇ ਇੱਥੋਂ ਆਪਣਾ ਜਿਹੜਾ ਨਸ਼ੇ ਦੀ ਜੜ੍ਹ ਖਤਮ ਕਰਨੀ ਹੈ ਜੇ ਇੱਥੇ ਕੋਈ ਵੇਚਦਾ ਤਾਂ। ਸਰ, ਜੇ ਕੋਈ ਤੁਹਾਨੂੰ ਕੋਈ ਇਨਫੋਰਮੇਸ਼ਨ ਦਿੰਦਾ ਹੈ, ਉਹ ਬੰਦੇ ਇਸ ਪਿੰਡ ਦੇ ਕਹਿੰਦੇ ਆ ਕਿ ਸਾਨੂੰ ਇਹ ਡਰ ਲੱਗਦਾ ਕਿ ਕਿਸੇ ਦਾ ਵੀ ਅਸੀਂ ਨਾਲ ਲੈਂਦੇ ਹਾਂ ਅਤੇ ਉਹ ਬੰਦਾ ਤਾਂ ਫੜਿਆ ਜਾਂਦਾ, ਬਾਅਦ ਦੇ ਵਿੱਚ ਉਸ ਬੰਦੇ ਦੇ ਨਾਲ ਅੱਤਿਆਚਾਰ ਹੁੰਦੇ, ਉਹਦੇ ਬਾਰੇ ਤੁਹਾਡਾ ਕੀ ਕਹਿਣਾ? ਕਿਸੇ ਨਾਲ ਕੋਈ ਇਹੋ ਜਿਹੀ ਨਹੀਂ ਹੋਊਗੀ, ਅਸੀਂ ਕਿਹਾ ਵੀ ਗੁਪਤ ਆਣ ਕੇ ਮੇਰੇ ਦਫ਼ਤਰ 'ਚ ਲਾ ਦਿਓ, ਮੈਨੂੰ ਫੋਨ 'ਤੇ ਦਿਓ, ਕਿਸੇ ਨੂੰ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਦੀ ਕੋਈ ਧਮਕੀ ਦਊਗਾ ਤਾਂ ਅਸੀਂ ਬੈਠੇ ਹਾਂ ਜੀ। ਮੈਂ ਰਾਜੇਸ਼ ਪੁਰੀ, ਪਿਛਲੇ 2-3 ਸਾਲਾਂ ਤੋਂ
ਮੇਰੇ ਗੋਡਿਆਂ 'ਚ ਮੈਨੂੰ ਬਹੁਤ ਜ਼ਿਆਦਾ ਦਰਦ ਮਹਿਸੂਸ ਹੁੰਦਾ ਸੀ। ਇੱਕ ਸਾਡਾ ਆਫਿਸ ਵੀ ਸੈਕਿੰਡ ਫਲੋਰ 'ਤੇ ਹੈ, ਦੂਜੀ ਮੰਜ਼ਿਲ 'ਤੇ, ਅਤੇ ਚੜ੍ਹਨਾ ਉਤਰਨਾ ਮੇਰੇ ਲਈ ਬਹੁਤ ਹੀ ਮੁਸ਼ਕਲ ਹੋ ਗਿਆ ਸੀ। ਸੈਰ ਕਰਨ ਜਾਣਾ, ਮੈਂ ਤਾਂ ਸੈਰ ਕਰਨ ਤੋਂ ਵੀ ਗਿਆ, ਫਿਰ ਮੇਰੇ ਕਿਸੇ ਰਿਸ਼ਤੇਦਾਰ ਨੇ ਮੈਨੂੰ ਇਸ ਬਾਰੇ ਦੱਸਿਆ, ਯਾਨੀ ਕਿ ਫੇਅਰ ਲੀਵ ਬਾਰੇ। ਤੁਸੀਂ ਯਕੀਨ ਮੰਨਿਓ, ਮੈਂ ਪਿਛਲੇ 2-3 ਮਹੀਨਿਆਂ ਤੋਂ ਇਹਦਾ ਇਸਤੇਮਾਲ ਕਰ ਰਿਹਾ, ਅਤੇ ਲਗਭਗ 70-80% ਮੇਰਾ ਗੋਡਿਆਂ ਦਾ ਦਰਦ ਬਿਲਕੁਲ ਸਮਾਪਤ ਹੋ ਗਿਆ ਜੀ। ਅਤੇ ਮੈਨੂੰ ਯਕੀਨ ਹੈ ਕਿ ਮੈਂ ਜੇ ਕੁਛ ਮਹੀਨੇ ਇਹਦਾ ਹੋਰ ਇਸਤੇਮਾਲ ਕਰਿਆ ਤਾਂ ਮੇਰਾ ਇਹ ਦਰਦ ਪ੍ਰੋਪਰਲੀ ਬਿਲਕੁਲ 100% ਹੀ ਠੀਕ ਹੋ ਜਾਏਗਾ।